ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਹਿਮ ਮੀਟਿੰਗ ਅੱਜ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਭਾਰ ਸਿੰਘ ਪੂਰ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਬੀਤੇ ਦਿਨ ਪੰਜਾਬ ਦੀ ਹੋਈ ਮੀਟਿੰਗ ਬਾਰੇ ਚਰਚਾ ਕੀਤੀ ਗਈ ਅਤੇ ਕੀਤੇ ਫੈਸਲੇ ਸੰਬੰਧੀ ਦੱਸਿਆ ਗਿਆ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਪਾਕਿਜੂ ਕਾਦੀਆਂ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਹਿੱਸਾ ਨਹੀਂ ਬਣੇਗੀ ਜਥੇਬੰਦੀ ਦਾ ਕੋਈ ਵੀ ਮੈਂਬਰ ਵੋਟਾਂ ਦੀ ਸਿਆਸਤ ਵਿੱਚ ਭਾਗ ਨਹੀਂ ਲਵੇਗਾ ਅਤੇ ਨਾ ਹੀ ਚੋਣ ਲੜੇਗਾ ਇਸ ਤੋਂ ਬਿਨਾਂ ਜੇਕਰ ਕੋਈ ਵਿਅਕਤੀ ਚੋਣ ਲੜਨਾ ਚਾਹੁੰਦਾ ਹੈ ਤਾਂ ਉਹ ਆਪਣੇ ਸਾਰੇ ਅਹੁਦਿਆਂ ਦੇ ਨਾਲ ਮੁੰਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਚੋਣਾਂ ਦਾ ਹਿੱਸਾ ਬਣ ਸਕਦਾ ਹੈ ਨਾਲ ਹੀ ਐਲਾਨ ਕੀਤਾ ਗਿਆ ਕਿ ਪਾਕਿਜੂ ਕਿਸੇ ਵੀ ਸਿਆਸੀ ਪਾਰਟੀ ਦਾ ਸਹਿਯੋਗ ਨਹੀਂ ਕਰੇਗੀ ਇਸ ਮੌਕੇ ਗੁਰਚੇਤਨ ਸਿੰਘ ਤੱਖੜ ਤੀਰਥ ਸਿੰਘ ਕਮਲਜੀਤ ਸਿੰਘ ਜਰਨੈਲ ਸਿੰਘ ਮੋਤੀਪੁਰ ਅਮਰਜੀਤ ਸਿੰਘ ਰੇਸ਼ਮ ਸਿੰਘ ਗੁਰਮੀਤ ਸਿੰਘ ਜਸਵੰਤ ਸਿੰਘ ਸੁਰਿੰਦਰ ਸਿੰਘ ਸਾਬੀ ਹਰਜੀਤ ਸਿੰਘ ਦਵਿੰਦਰ ਸਿੰਘ ਗੁਰਇਕਵਾਲ ਸਿੰਘ ਅਵਤਾਰ ਸਿੰਘ ਮਹਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ ਸ਼ਾਹ ਨਿਊਜ਼ ਤੋਂ ਕੈਮਰਾਮੈਨ ਡਿੰਪਲ ਦੇ ਨਾਲ ਅਜੇ ਸਿੰਘ ਨਾਗੀ ਦੀ ਰਿਪੋਰਟ ਮੈਂ ਅਮਰੀਕ ਸਿੰਘ ਪ੍ਰਧਾਨ ਬੀਕੇਜੂ ਕਾਦੀਆਂ ਜਲੰਧਰ ਸਾਡੇ ਨਾਲ ਸਾਰੇ ਜਥੇਬੰਦੀ ਦੇ ਅਹੁਦੇਦਾਰ ਬਲਾਕ ਦੇ ਅਹੁਦੇਦਾਰ ਸਾਰੇ ਖੜੇ ਆ ਜੀ ਅੱਜ ਇੱਥੇ ਮੀਟਿੰਗ ਦਾ ਮੇਨ ਮੁੱਦਾ ਸੀਗਾ ਵੀ ਕੱਲ੍ਹ ਸਾਡੀ ਲੁਧਿਆਣੇ ਦੇ ਵਿੱਚ ਪੰਜਾਬ ਦੀ ਮੀਟਿੰਗ ਸੀ ਜਿਹਦੇ ਵਿੱਚ ਚੋਣਾਂ ਲਈ ਵਿਚਾਰੀਆਂ ਗਈਆਂ ਗੱਲਾਂ ਉਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਵੀ ਜਿਹੜੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਹ ਗੈਰ ਸਿਆਸੀ ਪਾਰਟੀ ਆ ਔਰ ਗੈਰ ਸਿਆਸੀ ਹੀ ਰਹੂਗੀ ਚੋਣਾਂ ਵਿੱਚ ਕੋਈ ਹਿੱਸਾ ਨਹੀਂ ਲਊਗੀ ਔਰ ਸਾਡਾ ਕੋਈ ਵੀ ਅਹੁਦੇਦਾਰ ਜਾਂ ਸਾਡਾ ਕੋਈ ਵਰਕਰ ਚੋਣਾਂ ਵਿੱਚ ਹਿੱਸਾ ਕੈਂਡੀਡੇਟ ਦੇ ਤੌਰ ਤੇ ਲੈਂਦਾ ਆ ਉਹ ਜਥੇਬੰਦੀ ਦੇ ਵਿੱਚੋਂ ਅਸਤੀਫਾ ਦੇ ਕੇ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਕੇ ਚੋਣ ਲੜ ਸਕਦਾ ਹੈਗਾ ਔਰ ਅਸੀਂ ਸਾਰੇ ਜਲੰਧਰ ਜ਼ਿਲ੍ਹੇ ਵੱਲੋਂ ਜੋ ਪੰਜਾਬ ਦੇ ਸਾਨੂੰ ਨਿਰਦੇਸ਼ਾਂ ਦੇ ਆਧਾਰ ਤੇ ਜਲੰਧਰ ਜ਼ਿਲ੍ਹੇ ਵੱਲੋਂ ਅਸੀਂ ਕਿਸੇ ਵੀ ਸਿਆਸੀ ਪਾਰਟੀ ਦਾ ਸਮਰਥਨ ਨਹੀਂ ਕਰਾਂਗੇ ਤੇ ਵੋਟ ਸਰ ਪੋਲ ਕਰੋਗੇ ਤੁਸੀਂ ਵੋਟ ਦੇਖੋ ਜਦੋਂ ਅਸੀਂ ਕਿਸੇ ਦਾ ਸਮਰਥਨ ਨਹੀਂ ਕਰਨਾ ਵੋਟ ਤਾਂ ਹਰ ਬੰਦੇ ਨੇ ਪਾਉਣੀ ਹੈ ਉਹ ਆਪਣੀ ਉਹਦੀ ਮਰਜ਼ੀ ਹੈ ਜਿੱਥੇ ਮਰਜ਼ੀ ਪਾਵੇ ਅਸੀਂ ਕਿਸੇ ਪਾਰਟੀ ਦਾ ਖੁੱਲ ਨਹੀਂ ਸਮਰਥਨ ਕਰਾਂਗੇ ਓਕੇ ਥੈਂਕ ਯੂ ਨੈਸ਼ਨਲਿਸਟ ਜਸਟਿਸ ਤੇ ਖੁਸ਼ਹਾਲੀ ਲਈ ਚੌਧਰੀ ਰੌਣਕੀ ਰਾਮ ਸੱਲਣ ਹਰਮਨ ਪਿਆਰੇ ਉਮੀਦਵਾਰ ਨੂੰ ਆਪਣਾ ਵੋਟ ਤੇ ਕਾਮਯਾਬ ਕਰੋ ਤੇ ਹਲਕਾ ਫਿਲੌਰ ਤੋਂ ਕਾਮਯਾਬ ਕਰੋ ਅਪੀਲ ਕਰਤਾ ਚੌਧਰੀ ਰੌਣਕੀ ਰਾਮ ਸੱਲਣ ਕਤਪਾਲੋ Right now and press the bell icon. Never miss an update.